हलवाई यूनियन फगवाड़ा ते हलवाई यूनियन नकोदर वालों समाज सेवा दे कम्मां दी लड़ी नूं अगे तोरदे होए होशियारपुर रोड विखे स्थित अपाहज घर विच रह रहे बेसहारियां लई विशेष लंगर लगाया गया, जिस विच अपाहज घर विच रहण वाले बेसहारियां नूं बड़े ही आदर ते सत्कार सहित लंगर भी छकाया गया। इस मौके गलबात करदिआं निर्मल सिंह तारा लड्डू ते तरलोचन बग्गा ने दस्सिआ कि उन्हां नूं इह सेवा करदिआं 20 साल हो गए हन ते हुण पहली बार फगवाड़ा विच अजिहा लंगर लगाया गया जिस विच इन्हां बेसहारियां नूं विआह ते होटल वर्गा खाणा खवाया गया है। उन्हां नाल ही समाज सेवी संस्थावां नूं इह भी अपील कीती कि इस बिल्डिंग की जो मरम्मत होण वाली है उस वल भी ध्यान देण। ਆਪਣੇ ਖੁਦਰੋਂ ਆਉਂਦੇ ਲੰਗਰ ਨਾਲ ਪਹਿਲਾਂ ਜਲੰਧਰ ਜਾਂਦੇ ਸੀ, ਐਤੀ ਇਹ ਫਗਵਾੜੇ ਆਏ ਆ। ਅਸੀਂ ਵੀ ਇਹਨਾਂ ਦੇ ਨਾਲ ਜਾਈਦਾ, ਜਿੰਨਾ ਸੰਯੋਗ ਹੁੰਦਾ ਅਸੀਂ ਲਵਾਈ ਲਵੇ ਰਿਸ਼ਵਿਜ਼ ਨੂੰ ਕਰੀਦਾ ਆ ਰਲ ਮਿਲ ਕੇ। ਸਾਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਆਹ ਕੰਮ ਕਰਕੇ। ਸਾਡੇ ਹਲਵਾਈ ਭਰਾ ਇਕੱਠੇ ਹੋ ਕੇ ਇਹ ਕੰਮ ਕਰਦੇ ਆ, ਬਾਕੀ ਸੰਸਥਾ ਵੀ ਬਹੁਤ ਕਰਦੀਆਂ ਆ, ਪਰ ਅਸੀਂ ਵੀ ਜਿੱਦਾਂ ਜਾਈਦਾ ਕਿਸੇ ਨਾਲ ਜਾਂ ਕਰੀਦਾ ਆ। ਪਰ ਇੱਥੇ ਆ ਕੇ ਜੋ ਹਾਲਾਤ ਦੇਖੇ ਆ, ਅਸੀਂ ਸ਼ਹਿਰ ਦੇ ਮੋਹਤਬਰ ਸੱਜਰਾਂ ਨੂੰ ਪੀਰਾਂ ਨੂੰ ਇਹ ਕਹਿੰਦੇ ਹਾਂ ਕਿ ਹਰੇਕ ਜਗ੍ਹਾ ਤੁਸੀਂ ਮੀਟਿੰਗਾਂ ਕਰਦੇ ਆ, ਹਰੇਕ ਜਗ੍ਹਾ ਲੰਗਰ ਜਾਂ ਪੈਸਾ ਲਾਉਂਦੇ ਆ। ਸਾਡੀ ਹੱਥ ਬੰਨ ਕੇ ਬੇਨਤੀ ਆ ਕਿ ਇੱਥੇ ਦਾ ਹਾਲਾਤ ਜਿਹੜਾ ਆ ਸ਼ਹਿਰ ਦੇ ਵਿੱਚ ਸਭ ਤੋਂ ਮਾੜਾ ਲੱਗਦਾ ਹੈ। ਸ਼ਹਿਰ ਦੇ ਅੰਦਰ MC ਵੀ ਇੱਥੇ ਦਾ ਕੋਈ ਪੈਂਦਾ, MLA SDM ਜੋ ਪੈਂਦੇ ਆ, ਇਹਨਾਂ ਨੂੰ ਬੇਨਤੀ ਆ ਸਾਡੀ ਸ਼ਹਿਰ ਵੱਲੋਂ, ਸਾਡੇ ਵੱਲੋਂ, ਸਾਡੇ ਵੀਰਾਂ ਵੱਲੋਂ, ਇਹਦਾ ਸੁਧਾਰ ਜ਼ਰੂਰ ਕਰੋ, ਆ ਕੇ ਦੇਖਣਾ ਮੌਕਾ ਜ਼ਰੂਰ ਚਾਹੀਦਾ। ਠੀਕ ਹੈ, ਨਹੀਂ ਲੱਗੇ ਜਿੱਦਾਂ ਇਹਨਾਂ ਦੀ ਕੋਈ ਪ੍ਰੋਬਲਮ, ਤੁਸੀਂ ਕੋਈ ਆਪਣੇ ਵੱਲ ਅਪਰੋਚ ਕਰੋਗੇ ਵੀ ਇੱਥੇ ਕੈਬਲ ਅਸੀਂ ਕਰਦੇ ਹਾਂ, ਸਾਡੀ ਲੋੜ ਹੈ ਵੀ ਸਾਨੂੰ ਕਹਿਣ, ਅਸੀਂ ਪੈਸੇ ਨੂੰ ਕਿਸੇ ਚੀਜ਼ ਨੂੰ ਇਹਨਾਂ ਦੀ ਨਾਲ ਸਹਿਮਤ ਹੋਵਾਂਗੇ ਟੀਕੇ ਲਾਉਣ ਵਾਲੇ ਨਾਲ, ਗੌਰਮੈਂਟ ਦੇ ਨਾਲ। ਅਤੇ ਫਿਰ ਕੈਂਪ ਨਾ ਹੋਣ, ਜਦੋਂ ਸਾਨੂੰ ਸੱਦਣ, ਇਹ ਸ਼ਰਮਾ ਹੀ ਹੈਗੇ ਸਾਨੂੰ ਕਹਿਣ, ਅਸੀਂ ਆਵਾਂਗੇ ਨਾਲ ਲਵਾਉਣਾ ਚਾਹੁੰਦੇ ਹਾਂ, ਇਹ ਟੀਕੇ ਜ਼ਰੂਰ ਲੱਗਣੇ ਚਾਹੀਦੇ। ਉਧਰ ਆਸ਼ਰਮ ਦੇ ਪ੍ਰਬੰਧਕਾਂ ਨੇ ਹਲਵਾਈ ਯੂਨੀਅਨ ਦੇ ਆਗੂਆਂ ਦਾ ਲੰਗਰ ਲਗਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਨਾਲ ਹੀ ਕਿਹਾ ਕਿ ਆਸ਼ਰਮ ਵਿੱਚ ਰਹਿ ਰਹੇ ਬੇਸਹਾਰਿਆਂ ਦੇ ਅਜੇ ਤੱਕ ਕੋਰੋਨਾ ਵੈਕਸੀਨ ਵੀ ਨਹੀਂ ਲੱਗੀ ਅਤੇ ਨਾ ਹੀ ਕਿਸੇ ਨੇ ਆਸ਼ਰਮ ਵਿੱਚ ਕੈਂਪ ਲਗਾਇਆ। ਉਹਨਾਂ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਆਸ਼ਰਮ ਵਿੱਚ ਟੀਕਾਕਰਨ ਕੈਂਪ ਲਗਾਇਆ ਜਾਵੇ। ਇਸ ਮੌਕੇ ਤੇ ਵਿਜੇ ਕੁਮਾਰ, ਮੋਹਨ ਲਾਲ, ਸੰਜੀਵ ਧੀਰ, ਸੁਦਰਸ਼ਨ ਸੇਮੀ, ਰਜਿੰਦਰ ਸੁਧੀਰ ਆਦਿ ਹਾਜ਼ਰ ਸਨ। ਪ੍ਰਬੰਧਕ ਹੋਣ ਦੇ ਨਾਤੇ ਜਿਹੜੇ ਵੀ ਆਪਣੇ ਹਲਵਾਈਆਂ ਦੇ ਜੋ ਵੀ ਆਪਣੇ ਇਹਨਾਂ ਦੇ ਯੂਨੀਅਨ ਹੈਗੇ, ਉਹਨਾਂ ਦੇ ਕਿਹੜੇ ਕਿਹੜੇ ਆਪਣੇ ਜਿੰਨੇ ਵੀ ਇਲਾਕੇ ਵੀ ਹੈਗੇ, ਉਹਨਾਂ ਦਾ ਬਹੁਤ ਧੰਨਵਾਦ। ਇਹਨਾਂ ਆ ਕੇ ਆਪਣੇ ਅਪਾਹਜਗਰ ਦੇ ਵਿੱਚ ਆ ਕੇ ਸੇਵਾ ਪ੍ਰਦਾਨ ਕੀਤੀ। ਅਤੇ ਆਪਾਂ ਨੇ ਇੱਕ ਬੇਨਤੀ ਹੋਰ ਕਰਨਾ ਚਾਹੁੰਦੇ ਕਿ ਇੱਥੇ ਆਪਣੇ ਜਿਹੜੇ ਵੀ ਬੇਚਾਰੇ ਬੇਸਹਾਰਾ ਹੈਗੇ ਜਿਹੜੇ ਜਾ ਨਹੀਂ ਸਕਦੇ, ਉਹਨਾਂ ਦਾ ਕੋਰੋਨਾ ਟੀਕਾ ਜਲਦੀ ਲਗਾਇਆ। ਕਿਸੇ ਦੇ ਨਹੀਂ ਲੱਗਿਆ, ਕਿਸੇ ਦੇ ਲੱਗਿਆ।